स्पीड इन पंजाब टॉप न्यूज देख रहे तमाम दर्शकों का मैं चरणजीत कौर हार्दिक स्वागत कर दिया। रविदास समुदाय के संत श्री निरंजन दास को धमकी मिलने के विरोध में अलग अलग संस्थाओं ने एसएसपी जलंधर को दिया मांग पत्र। ਪੰਜਾਬ ਦਾ ਮਾਹੌਲ ਤਾਂ ਬਹੁਤ ਖਰਾਬ ਹੋ ਚੁੱਕਾ। ਮੈਂ ਸਮਝਦਾ ਕਿ ਅੱਜ ਰਾਜਨੀਤਿਕ ਗੱਲ ਹੋਣੀ ਚਾਹੀਦੀ, ਮੰਗ ਪੱਤਰ ਦੇਣਾ ਬੜਾ ਅੱਛਾ ਕਾਫੀ ਹੋ ਚੁੱਕਾ। ਔਰ ਇਹ ਮੰਗ ਪੱਤਰ ਜੋ ਤੁਸੀਂ ਦੇ ਰਹੇ ਸਤ ਸੰਦੇ ਦਾਸੀ ਮਹਾਰਾਜ ਨੂੰ ਜੋ ਖੈਟ ਆਈ ਹੈ ਕਿ ਤੁਸੀਂ ਜਿਹੜਾ ਗੁਰਦਾਸ ਦਾ ਪ੍ਰਚਾਰ ਬੰਦ ਕਰ ਦਿਓ, ਅਸੀਂ ਸੰਬੰਧ ਚ ਅੱਜ ਐਸ ਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ, ਪਰ ਉਹ ਐਸ ਪੀ ਸਾਹਿਬ ਅਸੀਂ ਇੱਥੋਂ ਗੁਰਦਾਸ ਚੌਂਕ ਤੋਂ ਚੱਲ ਕੇ ਐਸ ਪੀ ਸਾਹਿਬ ਰਾਜ ਕਿਉਂਕਿ ਕੱਲ੍ਹ ਤੋਂ ਹੀ ਬਹੁਤ ਸਭਾਵਾਂ ਦੇ ਫੋਨ ਆ ਰਹੇ ਨੇ ਕਿ ਆਪਾਂ ਗੁਰਦਾਸ ਚੌਂਕ 'ਚ ਪ੍ਰੋਟੈਸਟ ਕਰੀਏ, ਪਰ ਅਸੀਂ ਸੰਵਿਧਾਨ ਦੇ ਅਨੁਸ਼ਾਸਨ ਵਾਲੇ ਲੋਕ ਹਾਂ, ਡਾਕਟਰ ਬਾਬਾ ਸਾਹਿਬ ਜੀ ਦੀ ਸਿੱਖਣ ਵਾਲੇ ਲੋਕ ਹਾਂ। ਅਸੀਂ ਪਹਿਲਾਂ ਇੱਕ ਮੰਗ ਪੱਤਰ ਦੇਣ ਬਾਰੇ ਸੋਚਿਆ, ਸਾਰੀਆਂ ਸੰਸਥਾਵਾਂ ਨੇ ਸਭਾਵਾਂ ਨੇ ਕਿਹਾ ਕਿ ਅਸੀਂ ਪਹਿਲਾਂ ਮੰਗ ਪੱਤਰ ਦਈਏ, ਔਰ ਐਸ ਐਸ ਪੀ ਸਾਹਿਬ ਕਹਿੰਦੇ ਕਿ ਅਸੀਂ ਖੁਦ ਤੁਹਾਡੇ ਨਾਲ ਹਾਂ, ਤੁਹਾਡੇ ਸਮਾਜ ਦੇ ਨਾਲ ਹਾਂ, ਅਸੀਂ ਇਸ ਕਰਕੇ ਉਹ ਖੁਦ ਇੱਥੇ ਮੰਗ ਪੱਤਰ ਲੈਣ ਆਏ ਆ। ਔਰ ਅਸੀਂ ਇਹ ਤੁਹਾਡੇ ਮਾਧਿਅਮ ਤੋਂ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਸਾਜਿਸ਼ ਆ ਉਹਦਾ ਪਰਦਾ ਅਸੀਂ ਫਾਸ਼ਣਾ ਚਾਹੀਦਾ ਕਿ ਸਾਡੇ ਸਮਾਜ ਨੂੰ ਕਿਹੜੀਆਂ ਤਾਕਤਾਂ ਜਿਹੜੀਆਂ ਕਮਜ਼ੋਰ ਕਰਨਾ ਚਾਹੁੰਦੀਆਂ ਨੇ, ਸਾਡੇ ਰਹਿਬਰਾਂ ਨੂੰ ਕਿਹੜਾ ਤਾਕਤਾਂ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ, ਔਰ ਕਿਹੜੀਆਂ ਤਾਕਤਾਂ ਨੇ ਜੋ ਪੰਜਾਬ ਔਰ ਹਿੰਦੁਸਤਾਨ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ, ਇਹਨਾਂ ਬਾਰੇ ਜੋ ਜਨਤਕ ਹੋਣੀ ਚਾਹੀਦੀ ਗੱਲ ਤਾਂ ਕਿ ਪਤਾ ਲੱਗ ਸਕੇ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਨੂੰ ਕਿ ਸਾਡੇ ਸਮਾਜ ਦੇ ਵਿਰੁੱਧ ਨੇ ਦੁਸ਼ਮਣ ਕੀਤਾ। ਫੋਨ ਦੇ ਲਿੰਕ ਜਿਹੜੇ ਕਪੂਰਥਲਾ ਜੇਲ੍ਹ ਨਾਲ ਜੁੜਦੇ ਨਜ਼ਰ ਆ ਰਹੇ ਆ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਇਹਦੇ ਬਾਰੇ ਤਾਂ ਜ਼ਿਆਦਾ ਪਛਾਣ ਦੱਸ ਸਕਦਾ, ਇਨਵੈਸਟੀਗੇਸ਼ਨ ਕਰਕੇ ਦੱਸ ਸਕਦਾ, ਪਰ ਜੇ ਕਪੂਰਥਲਾ ਜੇਲ੍ਹ 'ਚੋਂ ਫੋਨ ਆ ਰਹੇ ਆ, ਬੜੀ ਮਾੜੀ ਗੱਲ ਆ ਕਿ ਜੇਲ੍ਹ 'ਚ ਵੀ ਫੋਨ ਚੱਲ ਰਹੇ ਆ, ਇਹ ਪੰਜਾਬ ਸਰਕਾਰ ਲਈ ਬੜੀ ਮਾੜੀ ਗੱਲ ਆ। ਬੜੇ ਅਸੀਂ ਨਿਊਜ਼ ਚੈਨਲ ਦੇਖਦੇ ਹਾਂ ਕਿ ਇੰਨੇ ਮੋਬਾਈਲ ਫੜ ਹੋ ਗਏ, ਅਸੀਂ ਬੜੀ ਸਖਤਾਈ ਕਰਤੀ। ਜੇ ਪੁਲਿਸ ਇਹ ਕਹਿ ਰਹੀ ਆ ਕਿ ਜੇਲ੍ਹ 'ਚੋਂ ਫੋਨ ਆ ਰਿਹਾ, ਇਹ ਬੜੀ ਮਾੜੀ ਗੱਲ ਆ, ਇਹ ਸਵਾਲੀਆ ਨਿਸ਼ਾਨ ਭਗਵੰਤ ਮਾਨ ਸਰਕਾਰ ਅਤੇ ਆਮ ਆਦਮੀ ਪਾਰਟੀ। ਅੱਜ ਸਾਰੇ ਧਰਮ ਤੋਂ ਉੱਪਰ ਉੱਠ ਕੇ ਜਿਹੜੇ ਮੰਗ ਕਰਦੇ, ਕੀ ਮੰਗ ਕੀਤੀ ਹੈ ਸਰਕਾਰ? ਸਾਡੀ ਮੰਗ ਇਹੀ ਹੈ ਜੀ ਕਿ ਪੰਜਾਬ ਦਾ ਔਰ ਹਿੰਦੁਸਤਾਨ ਦਾ ਮਾਹੌਲ ਜਿਹੜਾ ਆ ਉਹ ਅਗਰ ਲਾ ਦਿੱਤਾ ਜਾਵੇ, ਔਰ ਜਿਹੜੇ ਇਹੋ ਜਿਹੇ ਸਾਜਿਸ਼ਾਂ ਰਸਦੇ ਨੇ ਜਾਂ ਇਹੋ ਜਿਹੇ ਜਾਨਵਰ ਇਨਸਾਨ ਨੇ, ਉਹ ਜਾਨਵਰਾਂ ਨੂੰ ਨਾ ਪਾਈ ਜਾ ਸਕੇ। ਪਰ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਇਸ ਜਿਹਨੇ ਫੋਨ ਕੀਤਾ ਜਾਂ ਜਿਹੜੀ ਸੰਸਥਾ ਦੇ ਪਿੱਛੇ ਜਾਂ ਜਿਹੜਾ ਵੀ ਇਹਦੇ ਪਿੱਛੇ ਕੋਈ ਸਿਆਸਤ ਰੱਖੀ ਹੈ, ਮੈਂ ਉਹਨੂੰ ਚੇਤਾਵਨੀ ਦੇਣੀ ਚਾਹੁੰਦਾ ਇਹ ਵਾਲੀ ਗੱਲ ਦੀ ਕਿ ਸੰਤ ਮਹਾਂਪੁਰਸ਼ਾਂ ਦੇ ਮੈਂ ਪੈਰਾਂ ਦੀ ਧੂੜ ਵੀ ਨਹੀਂ, ਪਰ ਤੂੰ ਮੈਨੂੰ ਸਮਾਂ ਦੇ ਕੇ ਆ ਕਿ ਤੇਰੀਆਂ ਬੁੱਚੀਆਂ ਨਾ ਪਵਾ ਦਿਆਂਗੇ, ਤੇਰੇ 'ਚ ਨਹੀਂ ਔਕਾਤ, ਤੇਰੀ ਨਹੀਂ, ਤੇਰੀ ਨਹੀਂ ਹਿੰਮਤ ਨਹੀਂ ਹੈ ਕਿ ਤੂੰ ਚੋਰ ਚਲਾਕੀਆਂ ਕਰ ਸਕਦਾ, ਤੂੰ ਚੋਰ ਹੋਏਗਾ, ਤੂੰ ਦਗੇਬਾਜ਼ ਹੋਏਗਾ, ਤੂੰ ਧੋਖੇਬਾਜ਼ ਹੋਏਗਾ, ਤੂੰ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦਾ, ਪਰ ਤੂੰ ਇੱਕ ਰੋਬਿਨ ਸਾਹਮਣੇ ਨਾਲ ਮੈਂ ਤੈਨੂੰ ਚੈਲੇਂਜ ਕਰਦਾ ਕਿ ਤੂੰ ਮੈਨੂੰ ਟਾਈਮ ਦੇ ਕੇ ਦੱਸ ਕੇ ਆ, ਫਿਰ ਤੂੰ ਦੱਸਾਂ ਕਿਸ ਭਾਵੇਂ ਕਰੀ ਆ। ਅਸੀਂ ਦੂਜੇ ਨੂੰ ਧਮਕੀ ਦੇ ਰਹੇ ਹਾਂ ਨਾ, ਜੇ ਰਹਿ ਪਰ ਧਮਕੀ ਦੇ ਰਿਹਾ, ਮੈਂ ਉਹਨਾਂ ਦੇ ਪੈਰ ਦੀ ਮਿੱਟੀ ਦੀ ਧੂਲ ਹਾਂ, ਪਰ ਤੂੰ ਮੇਰਾ ਮੁਕਾਬਲਾ ਨਹੀਂ ਕਰ ਸਕਦਾ, ਕਿਉਂਕਿ ਮਹਾਰਾਜ ਦੇ ਇੱਕ ਇੱਕ ਜਿਹੜਾ ਮਹਾਰਾਜ ਵਲੰਟੀਅਰ ਆ, ਉਹਨਾਂ ਦਾ ਇੱਕ ਇੱਕ ਅਨੁਯਾਈ ਆ, ਉਹ ਆਪਣੇ ਆਪ 'ਚ ਇੱਕ ਸਥਾਨ, ਇੱਕ ਮਿਸਾਲ, ਇੱਕ ਪਹਾੜ। ਠੀਕ ਹੈ, ਥੈਂਕ ਯੂ ਜੀ। ਕੁਛ ਕਰ ਰਿਹਾ ਸੀਗਾ ਉਹਦੇ ਬਾਰੇ ਸੜਕ ਤੱਕ ਵੀ ਗੱਲ ਪਹੁੰਚੀ ਸੀਗੀ, ਅਤੇ ਅਸੀਂ ਇਹਨੂੰ ਗੰਭੀਰਤਾ ਰਹਿੰਦੇ ਹੋਏ ਆਪਣੇ ਇਮੀਡੀਏਟਲੀ ਅਸੀਂ ਕਾਰਵਾਈ ਸ਼ੁਰੂ ਕੀਤੀ ਹੈ, ਅਤੇ ਸਾਡੇ ਐਸ ਪੀ ਸਾਹਿਬ ਜਿਹੜੇ ਹੈਗੇ ਆ ਮੈਨੂੰ ਨੰਬਰ ਕਢਾਏ, ਉੱਪਰ ਜੇਲ੍ਹ ਪਹੁੰਚਾ ਰਿਹਾ ਸੀਗਾ, ਪਹੁੰਚਾ ਕੇ ਸਾਰੀ ਪੁੱਛਗਿੱਛ ਕਰਕੇ ਆਏ ਹੈਗੇ ਆ, ਜਿਹੜਾ ਨੰਬਰ ਹੈ ਉਹ ਸਾਡੇ ਕਬਜ਼ੇ 'ਚ ਆ ਗਿਆ ਸੀਗਾ, ਅਤੇ ਅੱਗੇ ਜਿਹੜਾ ਲੋਕਲ ਪੁਲਿਸ ਵੀ, ਸਟੇਟ ਪੁਲਿਸ ਵੀ, ਸੈਂਟਰ ਵੀ, ਜਿਹੜਾ ਜਿਹੜਾ ਪ੍ਰੋਟੋਕੋਲ ਹੁੰਦਾ ਸਿਕਿਉਰਿਟੀ ਦਾ ਉਹਨੂੰ ਫੋਲੋ ਕਰਦੇ ਹੋਏ ਅਸੀਂ ਬਾਹਰ ਦੇ ਕਪੂਰਥਲਾ ਜੇਲ੍ਹ ਨਾਲ ਲਿੰਕ ਜੁੜਦੇ ਨਜ਼ਰ ਆ ਰਿਹਾ, ਕੀ ਲੱਗਦਾ ਹੈ? ਕੱਲ੍ਹ ਜਾਂਚ ਵੀ ਕੀਤੀ, ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿਉਂਕਿ ਇਹ ਬੜਾ ਸੈਂਸਿਟਿਵ ਮੈਟਰ ਹੈ, ਸਕਿਉਰਿਟੀ ਰਿਲੇਟਡ ਵੀ ਹੈ, ਇਸ ਕਰਕੇ ਮੈਂ ਤਾਂ ਜ਼ਿਆਦਾ ਡਿਸਕਲੋਜ਼ ਨਹੀਂ ਕਰੂੰਗਾ, ਲੇਕਿਨ ਫਿਲਹਾਲ
कोई ऐसी गल नहीं है कि जो सिक्योरिटी में खतरा हो प्रॉपर जो है लोकल भी बाहर भी सारे ना जो सर जिस तरह कि रॉबिन जी ने दसिया कि हूँ गल करते हुए थोड़े नाल कि पुरानी कोई वीडियो वायरल हो रही है या कोई नवी धमकी है या की चीज़ है नहीं नहीं धमकी वाली तो कोई गल नहीं आई सामने पूरी हुई है जो कर रहे हैं पुरानी नवी गल नहीं है जी वाली गल जी उस वे जो असी जाइए असं मनने वाले हाँ असी शांतिपूर्वक संविधान के अनुसार सारा काम करते हैं पर जो साढ़े संतान ने साढ़े लैबर से ही ये गल आप आएगी तो असं अपने आप को बाहर आवेंगे जिस असी तिका संघर्ष करा इस करके अभी तुम्हें बेनती करते हैं तुम्हें मंग पत्र दे रहे हैं कि इतने जल्द जल्द कार्रवाई करके जे वो जेल चो आज ज़्यादा पता इस बारे कि मैं साथ तक कोशिश की गल कर दी कुछ मैंने फोन क्योंकि मसला घट कर रहे हैं पर जो सात साल पहला मेरी गल नहीं मैं तो कंफर्मेशन पहले की ये पुरानी न्यूज़ तो नहीं है कि मैं कल राजस्थान तो आया सा बेनती है भी ये तो जल्द तो जल्द कार्रवाई करके अभी ये मंग पत्र प्रधानमंत्री दे रहे हैं मैदान में शक्ति अमर है कमल भाजी मेरी बेनती है सिर्फ संघर्ष कमेटी के बैनर थे जूर आप मनोरंजन दे रहे हैं अलग अलग संस्थावान साढ़े शर्मा जी आए हैं पिछे पिछे दूर दूर हो जाए यार दूर दूर हो जाए मैडम।